ਲਖ ਦੀ ਨਾਨਕ ਪਾਕਿਸਤਾਨੀ ক্রিকেট ਟੀਮ ਤੇ ਲਖ ਦੀ ਪਾਕਿਸਤਾਨੀ ক্রিকেট ਟੀਮ ਉਹ ਖਰਾਬ ਬੰਦੂਕ ਏ ਜਿਸ ਤੋਂ ਮਾਲਕ ਵੀ ਡਰਦਾ ਏ ਤੇ ਜਿਸ ਨੂੰ ਮਾਰਨਾ ਉਹ ਵੀ ਡਰਦਾ ਏ। ਔਰ ਅਭੀ ਤੋ ਰੁਕੋ ਕਲਾਈਮੈਕਸ ਅਭੀ ਬਾਕੀ। ਇਹ ਵਰਲਡ ਕੱਪ ਖੇਲਣ ਗਏ ਨੇ। ਇਹਨਾਂ ਦੀ ਪਰਫਾਰਮੈਂਸ ਵੇਖੋ। ਬਾਬਰ ਅਜ਼ਮ ਬਤਖ ਦੇ ਮੂੰਹ ala ਕਹਿੰਦਾ ਕਿ ਅਸੀਂ ਤੁਹਾਨੂੰ ਜਵਾਬ ক্রিকেট ਗਰਾਊਂਡ 'ਚ ਦੇਾਂਗੇ। ਏਸ਼ੀਆ ਕੱਪ ਤੇ ਹੁਣ ਵਰਲਡ ਕੱਪ ਇੱਕ ਮੈਚ ਵਿੱਚ ਵੀ ਨਹੀਂ ਚੱਲਿਆ। ਆਵਾਜ਼ ਇਹਦੀ ਇੰਨੀ ਕਰਾਰੀ ਏ ਜਿਵੇਂ ਲਾਹੌਰ 'ਚ ਗੋਲ ਗੱਪੇ ਵੇਚਦਾ ਰਿਹਾ। ਜੀ। ਜਿੰਝ ਦਾ ਕਪਤਾਨ ਉਵੇਂ ਦਾ ਨਾਇਬ ਕਪਤਾਨ ਸ਼ਾਦab ਖਾਨ ਬਾਕੀ ਟੀਮਾ ਗਰਾਊਂਡ ਚ ਮੈਚ ਜਿੱਤਣ ਵਾਸਤੇ ਉਤਰਦੀਆਂ ਤੇ ਇਹ ਸਾਲ ਇਹ ਜਿੰਨ ਬਣਾ ਕੇ ਖੇਲਦੇ ਨੇ ਕਿ ਅੱਲਾਹ ਕਰੇ ਅਸੀਂ ਚੱਜ ਦੇ ਤਰੀਕੇ ਨਾਲ ਹਰੀਏ ਤੇ ਜੇ ਮੈਚ ਹੋਵੇ ਇੰਡੀਆ ਨਾਲ ਇਹ ਸਾਲੇ ਇੰਜ ਖੇਲਦੇ ਜਿਵੇਂ ਅਗਰ ਇਹਨਾਂ ਨੇ ਛੱਕਾ ਮਾਰ ਦਿੱਤਾ ਤੇ ਇਹ ਇਨਤਲਾਕ ਹੋ ਜਾਣੀ ਸਾਰੇਓ ਜੀ ਤੁਹਾਨੂੰ ক্রিকেট ਖੇਡਣੀ ਨਹੀਂ ਆਂਦੀ ਤੇ ਇੱਥੇ ਆਮ ਲੈਣ ਗਏ ਹੋ ਇੰਡੀਆ ਚ ਬੜਾ ਪ੍ਰੋਟੋਕੋਲ ਦਿੱਤਾ ਜਾ ਰਿਹਾ ਜਿਦੇ ਇਹ ਪਲੇਅਰ ਨੇ ਇਹਨਾਂ ਨੂੰ ਤੇ ਉੱਥੇ ਮਿਸਤਰੀ ਮਜ਼ਦੂਰਾਂ ਨਾਲ ਦਿਹਾੜੀਆਂ ਲਮਾਣੀਆਂ ਚਾਹੀਦੀਆਂ ਸਾਰੇ ਖਾਕਾ ਪਲੇ ਇੰਜ ਹੋਏ ਨੇ ਜਿਵੇਂ ਇੱਕ ਕਬਜ਼ਾ ਗਰੁੱਪ ਆ ਲੋਗਾਂ ਨੂੰ ਕਬਜ਼ੇ ਲੈ ਕੇ ਦਿੰਦੇ ਨੇ ਸ਼ਾਹੀਨ ਸ਼ਾਫਰੀਦੀ ਹਾਰਸਰਵ ਔਰ ਹਸਨ ਅਲੀ ਇਹ ਦੁਨੀਆ ਦੇ ਟਾਪ ਬੋਲਰ ਨੇ ਲੱਖ ਦੀ ਲਾਨਤ ਇਨ੍ਹਾਂ ਤੇ ਵੀ ਇਹ ਟਾਪ ਬੋਲਰ ਨਹੀਂ ਬਲਕਿ ਟੱਪਦੇ ਹੋਏ ਬੋਲਰ ਨੇ ਮਜ਼ਾ ਆਇਆ ਜਿਨਾਂ ਨੂੰ ਇੰਜ ਦਾ ਫੈਂਟਾ ਲੱਗਣਾ ਚਾਹੀਦਾ ਜਿਵੇਂ ਪੱਠੇ ਤੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਪੱਠੇ ਦੇ ਮਾਲਕ ਤੋਂ ਲੱਗਦਾ ਏ ਇਹ ਬੜੀ ਅੱਛੀ ਬਾਤ ਕਹੀ ਆਪੇ ਪਾਕਿਸਤਾਨ ਦੁਨੀਆ ਦੀ ਨੰਬਰ 1 ਟੀਮ ਏ ਇਨ੍ਹਾਂ ਦੇ ਨੰਬਰ 1 ਹੋਣ ਤੇ ਵੀ ਲਾਨਤ ਤੇ ਇਨ੍ਹਾਂ ਨੂੰ ਨੰਬਰ ਬਣਾਉਣ ਵਾਲਿਆਂ ਤੇ ਵੀ ਲਾਨਤ ਇੰਜ ਦੀ ਟੀਮ ਤੇ ਰੋਟੀ ਤੇ ਵੀ ਬਾਰੇ ਜੇ ਨਹੀਂ ਬੱਤ ਸਹੀ ਏ ਇਨ੍ਹਾਂ ਨੂੰ ਵਰਲਡ ਕੱਪ ਖੇਲਣ ਤੋਂ ਬਾਅਦ ਫਰਸਤਿਨ ਪੇਜ ਦੇਣਾ ਚਾਹੀਦਾ ਤੇ ਇਨ੍ਹਾਂ ਦੀ ਰਹਾਇਸ਼ ਗਜ਼ਾ 'ਚ ਰੱਖਣੀ ਚਾਹੀਦੀ ਇੰਜ ਦੇ ਪਲੇਅਰ ਮਸੀਦਾ ਜਾਂ ਜੁਤੀਆਂ ਦੀ ਹਿਫਾਜ਼ਤ ਵਾਸਤੇ ਟੋਕਨ ਤੇ ਬਿਠਾਏ ਹੁੰਦੇ ਨੇ ਭਾਈ ਮਾਰੋ ਮuje ਮਾਰੋ ਮਾਰੋ ਮuje ਮਾਰੋ ਮਾਰੋ ਇਹ ਸਾਰੇ ਸਾਰੇ ਦਰਜਾ ਚਾਹਰਮ ਦੇ ਮੁਲਾਜ਼ਮ ਭਰਤੀ ਹੋਣ ਦੇ ਕਾਬਲ ਸੀ ਇਹਨਾਂ ਨੂੰ ਪਾਕਿਸਤਾਨ ਕ੍ਰਿਕਟ ਟੀਮ 'ਚ ਰੱਖ ਲਿਆ ਤੇ ਜਿਹੜੇ ਬੱਲਿਆਂ ਨਾਲ ਖੇਡ ਰਹੇ ਨੇ ਉਹਨਾਂ ਬੱਲਿਆਂ ਨਾਲ ਹੀ ਇਹਨਾਂ ਨੂੰ ਕੁੱਟਣਾ ਚਾਹੀਦਾ ਸਾਲੇ ਡੰਡੂ ਜੇ